ਕੰਨਿਆ ਕਿਹੋ ਜਿਹੀ ਜਾਈ ਦੱਸਦੀ ਫਿਰ ਉਹਦਾ ਇਸ਼ਾਰਾ ਆਹੀ ਹੁੰਦਾ ਯਾਰ ਸਾਡਾ ਸੀਰਾ ਡਾਉਣ ਮੈਨੂੰ ਲੈਣਾ ਸੀ ਠੀਕ ਹੈ ਚਲੋ ਵੀ ਦੋਸਤੋ ਹਫ਼ਤਾ ਹੋ ਗਿਆ ਆਪਣੇ ਪਿਜਨ ਦਾ ਖੁੱਡਾ ਨਹੀਂ ਸਾਫ਼ ਕੀਤਾ ਹੁਣ ਆਪਾਂ ਖੁੱਡਾ ਸਾਫ਼ ਕਰਨਾ ਇਹਨਾਂ ਦਾ ਅਤੇ ਦੇਖੋ ਪੂਰੇ ਨਜ਼ਾਰੇ ਲੈਂਦੇ ਨੇ ਠੀਕ ਆ ਇੱਕ ਹੋਰ ਦਿਖਾਉਣੇ ਆ ਤੁਹਾਨੂੰ ਇਹਦੇ ਵਿੱਚ ਤੁਸੀਂ ਦੇਖ ਪਾ ਰਹੇ ਹੋ ਵੀ ਇੱਕ ਉੱਡਣ ਵਾਲਾ ਕਬੂਤਰ ਆਇਆ ਹੋਇਆ ਵਿੱਚ ਆਪਣੇ ਆ ਫਿਰਦਾ ਕਿ ਰਲਦਾ ਹੀ ਨਹੀਂ ਹੈਗਾ ਕਿ ਆਪਣੇ ਕੋਲ ਸਾਰੇ ਲੱਕੇ ਰੱਖੇ ਹੋਏ ਆ ਠੀਕ ਆ ਇਹ ਕਿਸੇ ਦਾ ਆ ਗਿਆ ਸੀਗਾ ਅਤੇ ਮੈਂ ਫਿਰ ਉਹ ਇਹਦੇ ਵਾਚਲ ਪਾਈ ਹੋਈ ਆ ਮੈਂ ਕਾਲ ਕਰਕੇ ਉਹਨਾਂ ਨੂੰ ਦੇਤਾ ਸੀ ਉਹਨਾਂ ਨੂੰ ਵਾਪਸ ਦੇਤਾ ਜਿਹਦਾ ਕਬੂਤਰ ਸੀਗਾ ਅਤੇ ਪਹਿਲਾਂ ਦੇਖੋ ਤੁਸੀਂ ਇਹਨਾਂ ਵਾਸਤੇ ਵੱਡਾ ਬੱਠਲ ਭਰ ਕੇ ਹੁਣ ਗਰਮੀ ਆ ਗਈ ਨਾ ਵੱਡਾ ਬੱਠਲ ਰੱਖਿਆ ਗਿਆ ਅਤੇ ਇਹਦੇ ਵਿੱਚ ਇੱਟਾਂ ਰੱਖੀਆਂ ਹੋਈਆਂ ਤਾਂ ਜੋ ਬੱਚੇ ਦੇ ਡੁੱਬਣ ਨਾ ਵੜ ਜਾਣ ਕਿਉਂਕਿ ਕਬੂਤਰ ਜ਼ਿਆਦਾ ਆ ਆਹ ਕੁਝ ਆਹ ਤਾਂ ਉਦੋਂ ਲਿਬੜ ਜਾਂਦਾ ਇਸੇ ਕਰਕੇ ਵੱਡਾ ਬੱਠਲ ਰੱਖਿਆ ਹੋਇਆ ਨਹਾਉਣ ਵਾਸਤੇ ਨਹਾਉਂਦੇ ਬਹੁਤ ਚਾਹ ਗਏ ਆ ਅਤੇ ਇਹਦੇ ਵਿੱਚ ਛੇ ਛੇ ਸੱਤ ਸੱਤ ਕਬੂਤਰ ਬਹਿ ਜਾਂਦੇ ਇਕੱਠੇ ਹੋ ਕੇ ਇੰਜੋਏ ਕਰਦੇ ਆ ਸੋ ਗੱਲ ਕਰਦਾ ਸੀ ਇਸ ਕਬੂਤਰ ਦੀ ਮੈਂ ਦੇਤਾ ਸੀ ਅੱਜ ਤੋਂ 20 ਦਿਨ ਪਹਿਲਾਂ ਠੀਕ ਆ ਅੱਜ ਕਿਤੇ ਉਹਨੇ ਖੁੱਡੇ 'ਚੋਂ ਕੱਢਿਆ ਹੁਣ ਫਿਰ ਇੱਥੇ ਆਪਣੇ ਘਰ ਵੱਜਿਆ ਆ ਕੇ ਕਬੂਤਰ ਵੀ ਸਾਰੇ ਖੁੱਡੇ 'ਚ ਹੀ ਸੀਗੇ ਅਤੇ ਪਤੰਦਰ ਇਕੱਲਾ ਹੀ ਆਇਆ ਬੈਠਾ ਵਿਹੜੇ ਦੇ ਵਿੱਚ ਸੋ ਕਹਿਣ ਦਾ ਮਤਲਬ ਇਹ ਹੈ ਕਿ ਇੱਥੇ ਲੈਂਦੇ ਆ ਨਜ਼ਾਰੇ ਹੁਣ ਆਪਣੇ ਕਬੂਤਰ ਫੁੱਲ ਨਜ਼ਾਰੇ ਲੈਂਦੇ ਨੇ ਆ ਬੋਰਡ ਦੀ ਛਾਵੇਂ ਖੁੱਡਾ ਪਾਇਆ ਹੋਇਆ ਸੋ ਇਹ ਵੀਡੀਓ ਬਣਾਉਣ ਦਾ ਮਕਸਦ ਇਹ ਹੈ ਕਿ ਤੁਸੀਂ ਕਿਸੇ ਜਾਨਵਰ ਨੂੰ ਰੱਖਦੇ ਹੋ ਨਾ ਤੁਸੀਂ ਉਹਨੂੰ ਉਹਦਾ ਉਹਦੀ ਸੁਤੰਤਰਤਾ ਦੇਵੋ ਹੈ ਨਾ ਉਹਨੂੰ ਉੱਦਾਂ ਕੈਦ ਨਾ ਕਰੋ ਠੀਕ ਆ ਅਤੇ ਉਹਨੂੰ ਪਰੇਸ਼ਾਨ ਨਾ ਕਰੋ ਤੰਗ ਨਾ ਕਰੋ ਠੀਕ ਆ ਅਤੇ ਇੱਥੇ ਹੁਣ ਨਜ਼ਾਰੇ ਲੈਂਦੇ ਆ ਪੂਰੇ ਹੁਣ ਇਹ ਲੱਕੇ ਆ ਮੌਜਾਂ ਦਾਣੇ ਖਾ ਲਏ ਇਹਨਾਂ ਨੇ ਠੀਕ ਆ ਆਪਦੇ ਬੱਚੇ ਕੱਢੇ ਆਂਡੇ ਦਿੱਤੇ ਇੰਜੋਏ ਕੀਤਾ ਠੀਕ ਆ ਨਹਾ ਲਏ ਅਤੇ ਬਸ ਇਹਨਾਂ ਨੇ ਸਿਰਫ ਨਾ ਉੱਡਣਾ ਇੱਥੋਂ ਵਿਹੜੇ 'ਚ ਵਿਹੜੇ 'ਚੋਂ ਖੁੱਡੇ 'ਚ ਠੀਕ ਆ ਸੋ ਇਹ 5 ਕੁ ਦਿਨ ਉਦੋਂ ਕਬੂਤਰ ਰਹਿ ਗਿਆ ਸੀ ਆਪਣੇ ਘਰ ਅਤੇ ਇਹਨੇ ਸੋਚਿਆ ਵੀ ਇੱਥੇ ਦਾ ਨਜ਼ਾਰੇ ਆ ਯਾਰ ਕੁਛ ਵੀ ਨਹੀਂ ਕਰਨਾ ਨਾ ਉੱਡਣਾ ਪੈਂਦਾ ਅਤੇ ਮੌਜ ਨਾਲ ਦਾਣੇ ਖਾ ਲੈਣੇ ਆ ਅਤੇ ਆਰਾਮ ਨਾਲ ਸੌਂ ਜਾਣਾ ਜਾਏ ਖੁੱਡੇ ਦੇ ਵਿੱਚ ਸੋ ਇਹ ਬਾਈ ਨੂੰ ਯਾਦ ਰਿਹਾ ਉਦੋਂ ਦਾ ਕਿਉਂਕਿ ਤੁਹਾਨੂੰ ਪਤਾ ਕਿ ਜਿਹੜੇ ਕਬੂਤਰ ਡਾਉਂਦੇ ਆ ਉਹਨੂੰ ਛਤਰੀਆਂ ਦੇ ਬਾਹਰ ਛੱਡਦੇ ਧੁੱਪੇ ਹੈ ਨਾ ਅਤੇ ਨਾਲੇ ਉੱਡਣਾ ਪੈਂਦਾ ਟਾਈਮ ਦੇ ਹਿਸਾਬ ਨਾਲ ਛੱਡਦੇ ਆ ਵੀ ਇੰਨੇ ਘੰਟੇ ਉੱਡਣਾ ਜੀ ਹੁਣ ਨਾ ਇਹਨੂੰ ਕੋਈ ਉੱਡਣ ਦਾ ਫਿਕਰ ਅੱਜ ਫੇਰ ਆ ਗਿਆ ਮੁੜ ਕੇ ਮੇਰਾ ਪਹਿਲਾਂ ਜਦੋਂ ਪਹਿਲੇ ਨੂੰ ਬਹਿ ਕੇ ਜਦੋਂ ਇਕੱਲਾ ਇੱਥੇ ਬੈਠਾ ਵੇਖਿਆ ਮੇਰਾ ਹਾਸਾ ਨਿਕਲ ਗਿਆ ਮੈਂ ਕਿਹਾ ਠੀਕ ਆ ਗਿਆ ਮਾਮਾ ਅਤੇ ਸਵਾਗਤ ਕੀਤਾ ਪਾਣੀ ਪੂਣੀ ਧਰਿਆ ਅਤੇ ਪਾਣੀ ਤਾਂ ਵੈਸੇ ਹੁੰਦਾ ਹੀ ਖਾਸਾ ਆਪਣਾ ਇੱਥੇ ਰੱਖਿਆ ਪਾਣੀ ਪੂਣੀ ਪੀਤਾ ਫਿਰ ਖੁੱਡਾ ਖੋਲ੍ਹਿਆ ਫਿਰ ਵਿੱਚ ਵੜ ਗਿਆ ਠੀਕ ਆ ਸੋ ਇਹ ਪੱਕਾ ਡੇਰਾ ਇਹਨੇ ਇੱਥੇ ਲਾ ਲਿਆ ਆਪਣੇ ਘਰ ਠੀਕ ਆ ਸੋ ਹੁਣ ਆਪਾਂ ਹੁਣ ਨਹੀਂ ਦੇਣੇ ਇਹਨੂੰ ਕਰਨ ਦੇ ਇੰਜੋਏ ਜਿਹਾ ਨਜ਼ਰ ਕਰਦੇ ਆ ਠੀਕ ਆ ਸੋ ਥੋੜ੍ਹੀ ਜਿਹੀ ਖੁੱਡੇ 'ਚ ਪ੍ਰੋਬਲਮ ਆ ਗਈ ਸੀ ਕਬੂਤਰਾਂ ਦੀ ਹੁਣ ਮੈਂ ਫਰਨੈਲ ਲੈ ਕੇ ਆਇਆ ਹੋਇਆ ਆਹ ਤੁਸੀਂ ਦੇਖ ਪਾ ਰਹੇ ਹੋਵੋਗੇ ਫਰਨੈਲ ਥੋੜ੍ਹੀ ਅੱਖਾਂ ਦੀ ਸ਼ਿਕਾਇਤ ਆ ਗਈ ਸੀਗੀ ਬਾਕੀ ਇਹਨਾਂ ਨੂੰ ਐਂਟੀਬਾਇਓਟਿਕ ਵੀ ਪਾਇਆ ਹੋਇਆ ਵਿੱਚ ਦੂਜੇ ਦੇ ਖੁੱਡੇ ਦੇ ਵਿੱਚ ਤਾਂ ਜੋ ਵੀ ਤਾਂ ਠੀਕ ਹੋ ਜਾਣ ਥੋੜ੍ਹੀ ਅੱਖਾਂ ਦੀ ਪ੍ਰੋਬਲਮ ਆ ਗਈ ਸੀਗੀ ਠੀਕ ਆ ਇਹ ਜੋ ਮੌਸਮ ਬਰਸਾਤੀ ਮੌਸਮ ਹੁੰਦਾ ਥੋੜ੍ਹੀ ਪ੍ਰੋਬਲਮ ਆ ਜਾਂਦੀ ਆ ਨਾ ਅਤੇ ਪੂਰੀ ਇਹਨੇ ਸਾਂਭ ਸੰਭਾਲ ਰੱਖੀ ਜਾਂਦੀ ਆ ਬਦਲ ਕੇ ਦਾਣੇ ਪਾਏ ਜਾਂਦੇ ਆ ਨਾ ਖੁੱਡਾ ਸਾਫ਼ ਰੱਖਿਆ ਜਾਂਦਾ ਅਤੇ ਹਫ਼ਤੇ ਦੇ ਵਿੱਚ ਖੁੱਡਾ ਪੂਰਾ ਕਬੂਤਰਾਂ ਦੀ ਕੁਆਂਟਿਟੀ ਜ਼ਿਆਦਾ ਆ ਅਤੇ ਇੱਕ ਦਿਨ ਮੈਂ ਗਿਣਦੇ ਮੈਂ ਸਾਰੇ ਗਿਣੇ ਮੈਂ ਗਿਣੇ ਨਹੀਂ ਸੀ ਕਦੇ ਜਿਹੜੇ ਕਬੂਤਰ ਆਪਣੇ ਜਿਹੜੇ ਹੈਗੇ ਆ ਸਾਰੇ ਅਤੇ ਮੈਂ ਕਿਹਾ ਗਿਣੀਆਂ ਸਹੀ ਹੈ ਕਿੰਨੇ ਆ ਕਿਉਂਕਿ ਇੱਕ ਜਿਹੜਾ ਹੈਗਾ ਸੀਗਾ ਵਿੱਚ ਇਹਨਾਂ ਨੂੰ ਜਿਹੜੀ ਮੈਡੀਸਨ ਸੀ ਲਸੋਟਾ ਆਉਂਦਾ ਉਹ ਇਹਨਾਂ ਨੂੰ ਦੇਣਾ ਪੈਂਦਾ ਅੱਖਾਂ ਦੇ ਵਿੱਚ ਜਾਂ ਨੱਕ ਦੇ ਵਿੱਚ ਇੱਕ ਬੂੰਦ ਪਾਉਣੀ ਪੈਂਦੀ ਆ ਤਾਂ ਜੋ ਉਹ ਬਿਮਾਰੀ ਤੋਂ ਠੀਕ ਹੋ ਸਕਣ ਹੈ ਨਾ ਅਤੇ ਪਹਿਲਾਂ ਖੁੱਡਾ ਦੇਖੋ ਵੀ ਕਿੰਨਾ ਇਹਨਾਂ ਨੇ ਖਲਾਰਾ ਪਾਇਆ ਹੋਇਆ ਠੀਕ ਆ ਇਹ ਸਾਰਾ ਕਲੀਨ ਕਰਾਂਗੇ ਆਪਾਂ ਦੇਖੋ ਹੁਣ ਬੱਚੇ ਦਿਖਾਉਣੇ ਨਿੱਕੇ ਨਿੱਕੇ ਆ ਇੱਥੇ ਬੱਚੇ ਕੱਢੇ ਹੋਏ ਆਂਡੇ ਦਿੱਤੇ ਹੋਏ ਆ ਆਹ ਇਹਨਾਂ ਦੇ ਚੱਤੋ ਪੈ ਰਹੇ ਦੇ ਵਿੱਚ ਦਾਣੇ ਰਹਿੰਦੇ ਨੇ ਇਹਦੇ ਵਿੱਚ ਜਿਹੜਾ ਇਹ ਖਾਂਦੇ ਆ ਹੈ ਨਾ ਵੀ ਇਹਨਾਂ ਦੀ ਬਣਾਈ ਹੋਈ ਫੱਟੀ ਬਣਾਈ ਹੋਈ ਸੀ ਵੀ ਇਹਦੇ ਉੱਤੇ ਬੈਠ ਕੇ ਇਹਨਾਂ ਵਿੱਚ ਆਪਦੀਆਂ ਬਿੱਠਾਂ ਵਗੈਰਾ ਵੀ ਵਿੱਚ ਨਾ ਜਾਣ ਅਤੇ ਇਹ ਜਿਹੜਾ ਹੈਗਾ ਪਾਣੀ ਆ ਡਰਿੰਕਰ ਆ ਜਿੰਨਾ ਪਾਣੀ ਵਿੱਚੋਂ ਨਿਕਲਦਾ ਇਹਦੇ ਵਿੱਚ ਚੱਤੋ ਪੈਰ ਪਾਣੀ ਬੱਚੇ ਦੇ ਰਹਿੰਦਾ ਠੀਕ ਆ ਇਹ ਸਾਰਾ ਸਾਫ਼ ਸੂਫ਼ ਕਰਨ ਵਾਲਾ ਹੋਇਆ ਪਿਆ ਅਤੇ ਆ ਬੱਚੇ ਦੇਖ ਲਓ ਜਦੋਂ ਮੈਂ ਸਾਰਿਆਂ ਦੀ ਦਵਾਈ ਪਾਉਂਦਾ ਸੀਗਾ ਇੱਕ ਇੱਕ ਫੜ ਕੇ ਹਰੇਕ ਦੇ ਨੱਕ ਦੇ ਵਿੱਚ ਇੱਕ ਬੂੰਦ ਪਾਉਣੀ ਸੀ ਉਦੋਂ ਗਿਣੇ ਸੀਗੇ ਸੋ ਆਪਣੇ ਕਬੂਤਰਾਂ ਦੀ ਗਿਣਤੀ ਹੈ ਜੀ ਕਿੰਨੀ ਕੁ ਹੋਊਗੀ ਦੱਸੋ ਪਹਿਲਾਂ ਕਮੈਂਟ ਕਰਕੇ ਕਿੰਨੇ ਕਬੂਤਰ ਹੋਣਗੇ ਠੀਕ ਆ ਜਿਹੜੇ ਆਪਣੇ ਕਬੂਤਰਾਂ ਦੀ ਗਿਣਤੀ ਮੈਂ ਕੀਤੀ ਆ ਅਤੇ ਸਣੇ ਬੱਚਿਆਂ ਦੇ ਵਿੱਚ ਸਾਰੇ ਗਿਣੇ ਆ ਵੱਡੇ ਕਬੂਤਰ 55 ਵੱਡੇ ਕਬੂਤਰ ਹੋਏ ਆ ਜੀ ਆਪਣੇ ਸੋਰੀ 65
65 ਵੱਡੇ ਕਬੂਤਰ ਹੋਏ ਆ ਤੇ ਬਾਕੀ 12-13 ਪੱਟੀ ਸੀ ਜਾਂ ਸਾਰੇ ਨਗ ਗਿਣੀਏ ਤਾਂ ਆਪਣੇ ਕੋਲ 75 ਕਬੂਤਰ ਨੇ ਸਾਰੇ ਖੁੱਡੇ ਦੇ ਵਿੱਚ 75 ਕਬੂਤਰ ਕਹਿ ਸਕਦੇ ਆਪਾਂ ਓਕੇ ਸੋ ਹੁਣ ਬਾਈ ਮੰਗੇ ਹੋਣਾ ਵੀ ਸਾਨੂੰ ਵੀ ਦੇ ਦੇ 2 ਜੋੜਾ ਮੈਂ ਦਿੰਦਾ ਨਹੀਂ ਕਿਸੇ ਨੂੰ ਓਕੇ ਇਹ ਸ਼ੌਂਕ ਦੇ ਨਾਲ ਹੀ ਰੱਖੇ ਹੋਏ ਆ ਓਕੇ ਦਿਊਂਗਾ ਉਦੋਂ ਕਿ ਜਦੋਂ ਐਡਾ ਖੁੱਡਾ ਪਾਓਗੇ ਤੇ ਇੰਨੀ ਸਹੂਲਤ ਦਿਓਗੇ ਇਹਨੂੰ ਕਿਉਂਕਿ ਇਹਦੇ ਵਿੱਚ ਮੈਂ ਹੁਣ ਖੜਾ ਹੋਇਆ ਇਹਨਾਂ ਦੇ ਰੱਖਣੇ ਬਣੇ ਹੋਏ ਆ ਤਾਂ ਜੋ ਲੜਨ ਨਾ ਉਸ ਵਿੱਚ ਠੀਕ ਆ ਇਹ ਇਹਨਾਂ ਦੇ ਬਾਕਸ ਆ ਜਿਨ੍ਹਾਂ ਦੇ ਵਿੱਚ ਇੱਕ ਇੱਕ ਜੋੜੀ ਰਹਿੰਦੀ ਆ ਥੱਲੇ ਤੱਕ ਬਣੇ ਹੋਏ ਆ ਜਿੱਦਾਂ ਬਿਲਡਿੰਗਾਂ ਨਹੀਂ ਬਣੀਆਂ ਹੁੰਦੀਆਂ ਹੈਗੀਆਂ ਸ਼ਹਿਰਾਂ ਦੇ ਵਿੱਚ ਵੱਡੀਆਂ ਦਿੱਲੀ ਵੱਲ ਜਾਓਗੇ ਤੁਹਾਨੂੰ ਅਕਸਰ ਹੀ ਮਿਲਣੀਆਂ ਦੇਖਣ ਨੂੰ ਠੀਕ ਆ ਆਹ ਵਿੱਚ ਕਬੂਤਰ ਬਣਿਆ ਹੋਇਆ ਜਿੱਦਾਂ ਦੇਖ ਸਕਦੇ ਹੋ ਤੁਸੀਂ ਓਕੇ ਆਹ ਵਿੱਚ ਬੈਠੇ ਹੋਏ ਆ ਜੋੜੀ ਬੈਠੀ ਹੋਈ ਆ ਠੀਕ ਆ ਸੋ ਇਹਨਾਂ ਦੇ ਬੱਚੇ ਆ ਦੇਖੋ ਕਿੰਨੇ ਬੱਚੇ ਪਿਆਰੇ ਹੁੰਦੇ ਨੇ ਦੇਖੋ ਹਾਂ ਉਹ ਬਤੰਦਰਾ ਮੈਨੀ ਵੱਡੀ ਹੈ ਨਾ ਮੈਂ ਤੈਨੂੰ ਦਾਣੇ ਪਾਉਣਾ ਰੋਜ਼ ਠੀਕ ਆ ਤੂੰ ਇੱਧਰ ਆ ਜਾ ਮੈਂ ਸਾਨੂੰ ਦੇਖ ਲੈਂਦੇ ਇੱਕ ਇਹ ਆ ਇੱਕ ਇਹਦੇ ਨਾਲ ਦਾ ਮੇਲ ਆ ਇਹ ਫੀਮੇਲ ਬਾਹਰ ਕੱਢਤੀ ਆ ਸੋ ਇਹਨਾਂ ਦੇ ਬੱਚੇ ਆ ਇੱਥੇ ਓਕੇ ਇੱਕ ਤੁਹਾਨੂੰ ਇੱਕ ਆਪਾਂ ਹੋਰ ਕਲਿੱਪ ਮੈਂ ਐਡ ਕਰੂੰਗਾ ਇੱਕ ਜਿਹੜਾ ਗੋਲੇ ਕਬੂਤਰਾਂ ਦਾ ਬੱਚਾ ਸੀਗਾ ਆਪਣੇ ਕੋਲ ਠੀਕ ਆ ਉਹ ਵੀ ਤੁਸੀਂ ਸਾਰਿਆਂ ਨੇ ਦੇਖਿਆ ਕਿ ਜਿਹੜਾ ਬੱਚਾ ਡਿੱਗਿਆ ਲੱਭਿਆ ਸੀਗਾ ਵੱਡਾ ਹੋ ਕੇ ਕੀ ਬਣਿਆ ਸੀ ਉਹ ਗੋਲੇ ਕਬੂਤਰ ਦਾ ਬੱਚਾ ਨਿਕਲਿਆ ਸੀਗਾ ਸੋ ਵਿਚਾਰਾ ਵੱਡਾ ਕਰ ਲਿਆ ਸੀਗਾ ਅਤੇ ਉਹ ਬਟ ਵੱਡਾ ਹੋ ਕੇ ਮਰ ਗਿਆ ਵਿਚਾਰਾ ਹੈ ਨਾ ਸੋ ਇਸ ਤੋਂ ਬਾਅਦ ਮੈਂ ਇਹਦੀ ਕਲਿੱਪ ਐਡ ਕਰੂੰਗਾ ਮੈਂ ਕੋਲ ਹੀ ਸੀਗਾ ਅਤੇ ਬਹੁਤ ਵਿਚਾਰੇ ਦੇ ਮੈਂ ਧਿਆਨ ਨਾਲ ਵੱਡਾ ਕਰ ਲਿਆ ਸੀ ਪਰ ਉਹ ਕਿਸਮਤ ਕਹਿੰਦੇ ਆ ਨਾ ਜੇ ਲਿਖੀ ਸੀ ਉਦੋਂ ਉਹਨੇ ਮਰਨਾ ਲਿਖਿਆ ਸੀਗਾ ਉਦੋਂ ਨਿੱਕਾ ਹੁੰਦਾ ਮੈਂ ਬਚਾ ਲਿਆ ਸੀਗਾ ਸੋ ਉਹ ਵੱਡਾ ਹੋ ਕੇ ਚਲਿਆ ਗਿਆ ਆਹ ਦੇਖੋ ਆਹ ਬੈਠਾ ਆਪਦੇ ਰੱਖਣੇ ਦੇ ਵਿੱਚ ਇਹਦੇ ਵਿੱਚ ਇਹਦੇ ਆਂਡੇ ਹੋਣਗੇ ਨੀਚੇ ਠੀਕ ਆ ਇੱਧਰ ਵੀ ਬੱਚੇ ਬੁੱਚੇ ਕੱਢੇ ਹੋਏ ਆ ਓਕੇ ਇਹਨਾਂ ਦੀਆਂ ਪੂਰੀਆਂ ਸ਼ੈਬਰਾਂ ਨੇ ਆਹ ਦੇਖੋ ਇੰਨੀਆਂ ਜਾਨਾਂ ਦਿਖਾਉਣਾ ਤੁਹਾਨੂੰ ਮੈਂ ਦੇਖੋ ਕਿੰਨੇ ਛੋਟੇ ਬੱਚੇ ਨੇ ਦੇਖੋ ਲਓ ਦੇਖੋ ਸਾਰਾ ਕਿੰਨਾ ਖਲਾਰਾ ਪਾਇਆ ਹੋਇਆ ਇਹਨਾਂ ਦਾ ਓਕੇ ਇਹਨਾਂ ਨੂੰ ਪ੍ਰੋਪਰ ਸਾਰਾ ਸਫਾਈ ਕਰਕੇ ਅਤੇ ਇੱਟਾਂ ਉੱਟਾਂ ਲਾਵਾਂਗੇ ਨਹੀਂ ਤਾਂ ਬੱਚੇ ਖਿੱਲਰ ਜਾਣਗੇ ਚਾਰ ਸਪੇਰੇ ਡਿੜ ਸਕਦੇ ਆ ਠੀਕ ਆ ਕਿਉਂਕਿ ਇਹ ਵਿਚਾਲੀ ਦੇ ਆਂਡੇ ਦਿੱਤੇ ਵੀ ਸੀਗੇ ਜਿਵੇਂ ਇਹਨੇ ਗੁੱਟ 'ਤੇ ਬੈਠੇ ਉਹਦੀ ਕਿਤੇ ਨਹੀਂ ਜਾਂਦੇ ਜਿਹੜੇ ਇਹ ਆ ਇਹ ਬੱਚੇ ਹੈਗੇ ਵਿਚਾਲੀ ਸੀਗਾ ਇਹਨੂੰ ਚੰਗੀ ਤਰ੍ਹਾਂ ਇੱਦਾਂ ਸਾਫ਼ ਕਰਕੇ ਉਹ ਵੇਟ 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 ਨਿੱਕੇ ਆ ਨਾ ਜੀ ਇਹਨਾਂ ਨੂੰ ਇੱਦਾਂ ਚੰਗੀ ਤਰ੍ਹਾਂ ਬੁੱਕਰ ਮਾਰਾਂਗੇ ਸਾਰੇ ਖੁੱਡੇ ਦੇ ਵਿੱਚ ਠੀਕ ਆ ਲਓ ਜੀ ਇਹ ਦੋ ਬੱਚੇ ਆ ਕਿੰਨੇ ਪਿਆਰੇ ਲੱਗਦੇ ਇੱਕ ਛੋਟਾ ਇੱਕ ਵੱਡਾ ਇੱਕ ਛੋਟੇ ਮੀਆਂ ਇੱਕ ਬੜੇ ਮੀਆਂ ਓਕੇ ਚਲੋ ਆਪਾਂ ਹੁਣ ਖੁੱਡਾ ਸਾਫ਼ ਕਰ ਲਈਏ ਬਹੁਤ ਖਲਾਰਾ ਪਾਇਆ ਹੋਇਆ ਇੱਕ ਹਫ਼ਤੇ ਦੇ ਵਿੱਚ ਹੀ ਬਹੁਤ ਖਲਾਰਾ ਪਾਉਂਦੇ ਨੇ ਕੋਈ ਕਬੂਤਰ ਜ਼ਿਆਦਾ ਨਹੀਂ ਜਿੱਦਾਂ ਮੈਂ ਦੱਸ ਚੁੱਕਿਆ ਤਾਂ ਕਰਕੇ ਇਹਨਾਂ ਦਾ ਖਲਾਰਾ ਵੀ ਜ਼ਿਆਦਾ ਆ ਓਕੇ ਖੁੱਡਾ ਵੀ ਬਹੁਤ ਵੱਡਾ ਬਟ ਖਲਾਰਾ ਵੀ ਬਹੁਤ ਜ਼ਿਆਦਾ ਇਹਨਾਂ ਦਾ ਪਾਇਆ ਆਹ ਵੀ ਰੁੱਡੂ ਵੁੱਡੂ ਬੈਠੇ ਅੱਧੇ ਇੱਥੇ ਦੇਖੋ ਢਿੱਡੀ ਭਰੀ ਇਹਦੀ ਕਿਵੇਂ ਹੈਲੋ ਕਿਵੇਂ ਹੋ ਆ ਥੋੜ੍ਹੇ ਵੱਡੇ ਹੋ ਗਏ ਛੋਟੀ ਮੀਆਂ ਬੜੇ ਮੀਆਂ ਠੀਕ ਆ ਆਹ ਇਹਨਾਂ ਦੀ ਮਦਰ ਆ ਠੀਕ ਆ ਆਹ ਬੱਚੇ ਨੇ ਮਦਰ ਨੇ ਨਾਲ ਹੀ ਦੇਖ ਲਓ ਇੰਨੀ ਬਲੀਡਿੰਗ ਕਰਦੇ ਨੇ ਆਹ ਦੇਖੋ ਨਾਲ ਹੀ ਆਂਡੇ ਵੀ ਦੇ ਬੈਠੀ ਆ ਅਤੇ ਬੱਚੇ ਹਜੇ ਦਾਣੇ ਚੁਗਣੇ ਸ਼ੁਰੂ ਨਹੀਂ ਕੀਤੇ ਇਹਨਾਂ ਨੇ ਇਹ ਇੱਦਾਂ ਹੀ ਕਰਦੇ ਆ ਕਿ ਜਦੋਂ ਬੱਚੇ ਐਡੇ ਹੋ ਜਾਂਦੇ ਨਾਲ ਹੀ ਆਂਡੇ ਦੇ ਲੈਂਦੇ ਆ ਠੀਕ ਆ ਉਦੋਂ ਨੂੰ ਇਹਨਾਂ ਨੇ ਹੋ ਜਾਣਾ ਉਦੋਂ ਨੂੰ ਫਿਰ ਨੈਕਸਟ ਟਾਈਮ ਜਦੋਂ ਐਡੇ ਬੱਚੇ ਹੋ ਗਏ ਫਿਰ ਇਹਨਾਂ ਨੇ ਵਿੱਚੋਂ ਕੱਢ ਲੈਣੇ ਆ ਉਹਦੇ ਬਾਪੂ ਜੀ ਵੀ ਲੱਗੇ ਹੋਏ ਗਾਵਾਂ ਨੂੰ ਪਾਣੀ ਪਿਓ ਲਓ ਜੀ ਮਿਲਕਿੰਗ ਹੋ ਰਹੀ ਆ ਕਾਓ ਦੀ ਹਾਂਜੀ ਕੀ ਹਾਲ ਮਾਤਾ ਕਿੱਦਾਂ ਮਾਤਾ ਨੂੰ ਮਿਲੋ ਸੋ ਮਾਤਾ ਪਹਿਲਾਂ ਆਪਣੀ ਪਹਿਲਾਂ ਪੀੜੀ ਡਾਉਂਦੀ ਆ ਉਦੋਂ ਬਾਅਦ ਫਿਰ ਗਾਂ ਦੇ ਨੇੜੇ ਹੁੰਦੀ ਹੌਲੀ ਹੌਲੀ ਮੈਂ ਸਿੰਗਰ ਬੰਦਾ ਮੈਨੂੰ ਤਾਰਾਂ ਚੋਂ ਲਾਉਣਾ ਹੁਣ ਗਾਵਾਂ ਦੀ ਸ਼ਾਵਰ ਸ਼ੂਵਰ ਐਤਕੀ ਲਾਉਣ ਦਾ ਟਾਈਮ ਹੀ ਨਹੀਂ ਲੱਗਾ ਕਿਉਂਕਿ ਐਤਕੀ ਮੌਕਾ ਹੀ ਨਹੀਂ ਦਿੱਤਾ ਰੱਬ ਨੇ ਠੰਡ ਬਹੁਤ ਰਹੀ ਆ
बापू कबूतरां नूं भजा रहे आ। बापू ने लाइया हुई वल्लां अंगूरां दियां, अंगूरां दियां वल्लां ते मारदे ठूंगे जा जा के। ये आपां अंगूर पता नहीं खाने या नहीं खाने, इन्हां ने पहले ही खा लेने मिला दा है ना। लगियां अंगूरां दियां वल्लां अपनी वधिया तौर पे, वैसे तां पत्ते कड्डे हुए आ इत्थे, इहदे नाल आपां पूरा बना के इहनां दा पूरी ते हरे भाई हो जाऊ अंगूरां दियां वल्लां दी। भाई मनप्रीत पहुंच चुकी है ते बस आ ढेर ही चक ला, देखो एडा ढेर बन गया हफ्ते जी। हां अपनी कादी तैयारी भी किवें आ मगरी तुरी फिरिया कहा जी है हुण की रह गया तेरा, ठीक है चल आप काम कर लगे थोड़ा फिर मैं आना, ठीक है। बस एक टोकरी अपनी कट्ठी हुई पई है वो चक के मैं रूड़ी ते सट के फिर आ गया। ओके तैयारी पक्का कुत कर ली अज फिर, ठीक है। अज ना चक्कर के वैसे ना अज वह दिने दिने सौन ना सारा काम खराब हो जाता, सही है ना है देने सौ गई बकाव तो बंद, ठीक है ना। सो काम अं काफ़ी करने से तो मान पे दो घंटे सौ जगे ना तो रिलैक्स हो जूगा दिमाग थोड़ा जहा ऐसी नींद आई तीन बजे उठे आ हूँ शरीर मनप्रीत सोती जी तरी जाती है जेडे काम करने सारे बच ही रह गए कुछ भी नहीं होगा। ओके बस आई हाँ ये आप वहम ही होंगे सही है ना, जिहड़ा काम कर लवे उहदी सौ के तो सारी जड़ी खराब कर ली अज तो सारे काम ही। अमली बंदा साडा है अमली, ये अमली बंदा साडा है कहिंदी कॉफी नहीं लिया कहिंदी तां नहीं सीट बणदा, ठीक है हुण पीला बना के फिर वाह वाह सारी। सो कहिंदे आ कि देखो हुण शिफ्ट चेंज हो गई आ, ठीक है फीमेल उठ गई आ मेल अंडिया ते बहन लई तैयार आ, सेम ही दूसरे पास देख सकते हो फीमेल उठ गई और मेल अंडिया ते बहन कह रहा कि हुण तू थक गई होएगी हुण मैं अंडिया ते बहना, देखो ता ही कहिंदे आ कि जिंदगी दे जिहड़े पहिए हुंदे आ ना ये इदां ही चलदे आ कि ऐ नहीं गा दोनों नूं साथ देना पैंदा। देखो अंडिया ते बहन पिछे वह कहिंदा मैं बहना, वह कहिंदा मैं बहना, देखो हुण आ कबूतरी नूं साइड ते करता हुण आवो अंडिया ते बैठूगा, सही है ना। सो यही लाइफ आ जी, इन्हों तो बहुत कुछ सीखने को मिलता, हरेक चीज़ के उत्तों सीखने बहुत कुछ मिलता हों कि सारे रल मिल के चलना पैंदा, इदा नहीं कि सारा एक ही एक दे बंदे सारा भार पै जाए उदा नहीं हुंदा कि आ जानवर देखो जानवर भी तालमेल ना चलते हैं, ठीक है। ये नहीं है कि गर्मी च कल्ली बैठी क्योंकि हुण आप दाने खाया ही आ खाया है मेल हुण चेंज करती शिफ्ट हुण वह बाहर जाके दाने पानी वगैरह का पी लूगी कौन फिर लूगी, ठीक है। उदू बाद फिर घंटे दो घंटे बाद फिर शिफ्ट चेंज करे तो अपना खुडा देख लो हो गया साफ। देखो तो आ अपनी एक टोकरी पूरी निकली आ, सो हफ्ते दी हफ्ते साफ करना पैंदा, सही है। जे किसी चीज़ में रखते हो तो उदा पूरा ध्यान भी रखा करो, जे तुसी उदा नहीं ध्यान रख सकते आ जिहड़ियां मेटां रखी हुई इदा करके क्योंकि इन्हां दे मैं ऑलरेडी इन्हें मैं रखने बनाए हुए है, इन्हें मैं चाहना भी सारे इन्हें अंडे दे इन भी देंगे बट खाली थान रड़ा थले कच्चा थान देख के इतने अंडे दे देंगे ने। सो हम बच्चे व्डे हो गए हम इट्टा रखी हुई जो इतने अंडे ना देने फिर अंडे खराब बहुत होंगे ने एक दूजे ने जो माड़ा मोटा इन्हों संघर्ष हो जाता तो अंडे खिलर जाते टुट जाते हैं फिर जो छोटे बच्चे है जिन्ना आ बच्चे देख सकते हम बच्चे बचाले ने कबूतर के पैर थले वज के ही इधर उधर हो गए ये मर सकते, ठीक है। हम इटा लाऊंगा ये चार चपेरे इदा करके जो इट लाती है, ओके हम ये बच्चे सेफ्टी हो जाएगी इदा एक इदा, ओके हम ये बच्चे सेफ्टी हो गई है हम ये लत्त इधर उधर नहीं खिलरन गए, ओके सो डके डुके
ਫੀਮੇਲ ਨੇ ਆਪ ਹੀ ਰੱਖ ਲੈਣੇ ਵਿੱਚ ਆ ਕੇ ਇਹਦੇ। ਹੋ ਗਿਆ ਖੁੱਡਾ ਸਾਫ, ਹੁਣ ਆਪਾਂ ਫਰਨੈਲ ਦੀਆਂ ਗੋਲੀਆਂ ਰੱਖਣੀਆਂ ਇਹਦੇ ਚ। ਲਓ ਵੀ ਮਿੱਤਰੋ ਵਲੌਗ ਦੇ ਵਿੱਚ ਹੁਣ ਐਂਡ ਤੇ ਆਪਾਂ ਸੀਰੇ ਡੌਨ ਨੂੰ ਵੀ ਮਿਲਾ ਦਿੰਦੇ ਹਾਂ, ਠੀਕ ਆ ਬਾਈ। ਪੱਠੇ ਵੱਢੀ ਜਾਂਦਾ ਤੇ ਇੱਕ ਕੈਰਾ ਆਪਣਾ ਨਿਬੜ ਗਿਆ ਪੱਠਿਆਂ ਦਾ ਤੇ ਦੂਜਾ ਤਿਆਰ ਹੋਇਆ ਪਿਆ। ਚਰੀ ਬਹੁਤ ਵਧੀਆ ਹੋਈ ਹੈ ਐਤਕੀ, ਆ ਪਿੱਛੇ ਫੋਟ ਵੀ ਹੁੰਦੀ ਜਾਂਦੀ ਆ ਤੇ ਉੱਧਰ ਵਾਲਾ ਵੀ ਵੱਤ ਪੂਰਾ ਹੋ ਗਿਆ, ਕੱਲ ਨੂੰ ਉਹ ਵੀ ਚਰੀ ਬੀਜ ਦੇਣੀ ਆਪਾਂ। ਸੀਰਾ ਡੌਨ ਕਿਵੇਂ ਆ, ਕਰਦੇ ਸਾਫ ਅੱਜ ਕੈਰਾ ਇਹ ਵਾਲਾ ਹੈ, ਸਾਰਾ ਕਰਨਾ ਪੈਣਾ। ਲੈ ਫਿਰ ਹੈਲੋ ਕਰ ਇੱਧਰ। ਕਿਵੇਂ ਹੋ ਤੁਸੀਂ ਜੱਟੋ? ਵਧੀਆ ਨੀ ਤੂੰ? ਤੂੰ ਇਹਨੂੰ ਪੁੱਛ ਵੀ ਕੀ ਆ, ਕੀ ਹਾਲ ਆ ਬਈ ਸਾਰਿਆਂ ਦਾ? ਸਾਰੇ ਠੀਕ ਠਾਕ ਹੋ? ਹਾਂ ਫਿਰ ਕੰਨਿਆ ਚਾਹੀਦੀ ਆ, ਸਾਡਾ ਇੱਕ ਹੀ ਮੁੱਦਾ ਬਾਈ ਜੀ। ਦੋਸਤੋ ਸਾਡਾ ਇੱਕੋ ਹੀ ਨਾਰਾ, ਠੀਕ ਆ ਨਾ, ਸਾਨੂੰ ਬਾ ਕੰਨਿਆ ਕਿਹੋ ਜਿਹੀ ਚਾਹੀਦੀ ਦੱਸਦੀ ਫਿਰ, ਉਹਦਾ ਇਸ਼ਾਰਾ ਆਹੀ ਹੁੰਦਾ। ਇਹ ਸਾਡਾ ਸੀਰਾ ਡੌਨ। ਸੋ ਸਿੱਧੂ ਮੂਸੇ ਵਾਲੇ ਦੀ ਸ਼ਰਟ ਹਮੇਸ਼ਾ ਪਾ ਕੇ ਰੱਖਦਾ ਬਾਈ ਨੇ, ਇੰਨਾ ਨਾਂ ਕਮਾਇਆ ਸਿੱਧੂ ਬਾਈ ਨੇ, ਠੀਕ ਆ। ਦੇਖੋ ਬਾਈ ਦੀ ਸ਼ਰਟ, ਠੀਕ ਆ। ਹੁਣ ਇਹਨੇ ਸਿੱਟਣੀ ਉਦੋਂ ਆ ਤੇ ਜਦੋਂ ਇਹ ਜਾਨ ਨਿਕਲ ਗਈ, ਉਹਨਾਂ ਚਿਰ ਦਾ ਕਿਹੜਾ ਨੀ ਛੱਡਣਾ। ਓਕੇ ਠੀਕ ਆ, ਤੇ ਚਲੋ ਦੋਸਤੋ ਲਵ ਯੂ ਆ ਸਾਰਿਆਂ ਨੂੰ ਜਿਹੜੇ ਫਸਟ ਟਾਈਮ ਦੇਖ ਰਹੇ ਆ, ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਉਮੀਦ ਕਰਦੇ ਹਾਂ ਅੱਜ ਵਾਲਾ ਵਲੌਗ ਤੁਹਾਨੂੰ ਵਧੀਆ ਲੱਗਿਆ ਹੋਊਗਾ, ਇੰਜੋਏ ਕੀਤਾ ਹੋਊਗਾ। ਕਮੈਂਟ ਸਾਰੇ ਕਰਿਓ, ਕਿਸੇ ਵੀ ਜਾਨਵਰ ਨੂੰ ਤੁਸੀਂ ਰੱਖਦੇ ਹੋ ਤਾਂ ਉਹਦੀ ਸੇਵਾ ਕਰਨੀ ਪੈਂਦੀ ਆ, ਠੀਕ ਆ। ਜੇ ਸੇਵਾ ਨਹੀਂ ਕਰ ਪਾਉਂਦੇ ਤਾਂ ਫਿਰ ਇਹਦਾ ਤੁਸੀਂ ਨਾ ਰੱਖੋ, ਹੈ ਨਾ। ਇੱਦਾਂ ਨਹੀਂ ਹੈਗਾ ਕਿ ਆਪਾਂ ਚੀਜ਼ ਨੂੰ ਘਰ ਰੱਖ ਲੈਣਾ ਅਤੇ ਉਹ ਵਿਚਾਰੇ ਦਾਣਿਆਂ ਵੱਲੋਂ ਵੀ ਅਤੇ ਪਾਣੀ ਵੱਲੋਂ ਵੀ ਪਿਆਸੇ ਆ, ਜਿੱਦਾਂ ਆਪਣੇ ਪੀਜਨ ਤੁਸੀਂ ਦੇਖੇ ਆ, ਠੀਕ ਆ। ਅਤੇ ਚਲੋ ਫਿਰ ਲਓ ਜੀਓ ਬਾਈ, ਅਤੇ ਅਸੀਂ ਮੈਂ ਅਤੇ ਸੀਰਾ ਅਤੇ ਅਸੀਂ ਦੋਨੇ ਜਾਣੇ ਚੱਕ ਲਈਏ ਪੱਠੇ ਹੁਣ, ਅਤੇ ਫਿਰ ਆਪਾਂ ਮਿਲਦੇ ਹਾਂ ਕੱਲ੍ਹ ਅਗਲੇ ਵਲੌਗ ਦੇ ਵਿੱਚ। ਤਦ ਤੱਕ ਲਈ ਰੱਬ ਰਾਖਾ। ਹਾਂ।